ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਜਮਾਤ 7 ਵਾਲਿਆਂ ਦਾ ਸਵਾਗਤ ਜ਼ਿੰਦਗੀ ਦਾ ਪੇਪਰ ਜਿਹੜਾ ਕਿ 14 ਮਾਰਚ ਨੂੰ ਹੋਣ ਜਾ ਰਿਹਾ ਉਸਦੇ ਮੋਸਟ ਇੰਪੋਰਟੈਂਟ ਕੁਐਸਚਨ ਨੇ ਬੱਚਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਗਰ ਤੁਸੀਂ ਪਹਿਲੀ ਵਾਰ ਇਸ ਵੀਡੀਓ ਤੇ ਆਏ ਹੋ ਤਾਂ ਚੈਨਲ ਨੂੰ ਨੀਚੇ ਸਤਵੀਂ ਜਮਾਤ ਵਾਲਿਆਂ ਨੂੰ ਸ਼ਾਇਦ ਆਂਦਾ ਹੋਗਾ ਸਬਸਕ੍ਰਾਈਬ ਕਰਨਾ ਨੀਚੇ ਸਬਸਕ੍ਰਾਈਬ ਕਰ ਲਓ ਰੈੱਡ ਕਲਰ ਦਾ ਬਟਨ ਹੈ ਉਹਨੂੰ ਸਬਸਕ੍ਰਾਈਬ ਕਰਨ ਦੇ ਨਾਲ ਹਰ ਇੱਕ ਜਿਹੜਾ ਕਿ ਫਿਊਚਰ ਦੇ ਵਿੱਚ ਕੋਈ ਵੀ ਪੇਪਰ ਹੋਵੇਗਾ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਕਿ ਨੋਟੀਫਿਕੇਸ਼ਨ ਮਿਲਿਆ ਕਰੇਗੀ ਠੀਕ ਹੈ ਜਿਹੜਾ ਪੇਪਰ ਹੈ ਦੋ ਘੰਟੇ ਦੀ ਇਹ ਵੀਡੀਓ ਹੈ ਮਤਲਬ ਦੋ ਘੰਟੇ ਦਾ ਥੋੜਾ ਜਿਹੜਾ ਕਿ ਪੇਪਰ ਹੋਵੇਗਾ 50 ਨੰਬਰ ਦਾ ਹੋਵੇਗਾ 50 ਚੋਂ 50 ਲੈਣੇ ਨੇ ਸਕਿੱਪ ਨਾ ਕਰਿਓ ਐਂਡ ਤੱਕ ਦੇਖੋ ਵੀਡੀਓ ਨੂੰ ਠੀਕ ਹੈ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਨੂੰ ਸਭ ਤੋਂ ਪਹਿਲਾਂ ਫਰਸਟ ਕੁਐਸਚਨ ਆਏਗਾ ਸਾਡਾ ਸਾਨੂੰ ਸਾਡਾ ਅੰਦਤ ਹੈ ਸਕੂਲ ਨੀਮਾ ਨੂੰ ਸਹੀ ਲਾਗੂ ਕਰਨ ਲਈ ਕਿਸ ਗੱਲ ਦੀ ਲੋੜ ਹੈ ਤਾਂ ਸਕੂਲ ਨੀਮਾ ਨੂੰ ਕਿਹੜਾ ਸਮੇਂ ਸਿਰ ਸਕੂਲ ਆਣਾ ਲਾਇਬ੍ਰੇਰੀ ਸ਼ਾਂਤੀ ਬਣਾਣਾ ਜਮਾਤ ਅਨੁਸ਼ਾਸਨ ਉਪਰੋਕਤ ਸਾਰੇ ਸਾਨੂੰ ਵੱਡਿਆਂ ਦੀ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਤਜਰਬੇ ਮਿਹਨਤ ਤਿਆਗ ਸੰਘਰਸ਼ ਉਪਰੋਕਤ ਸਾਰੇ ਸ਼ਾਂਤ ਸੁਭਾਅ ਨਾਲ ਕੀ ਹੁੰਦਾ ਹੈ ਯਾਦਦਾਸ਼ਤ ਦੀ ਹੈ ਮਨ ਇਕਾਗਰ ਰਹਿੰਦਾ ਹੈ ਸੋਚਣ ਸ਼ਕਤੀ ਉਹਦੇ ਉਪਰੋਕਤ ਸਾਰੇ ਇਸ ਦਾ ਰਾਈਟ ਆਨਸਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਵਿਦ ਸੋਲੂਸ਼ਨ ਇਹ ਵੀਡੀਓ ਹੈਗੀ ਆ ਵੀਡੀਓ ਨੂੰ ਐਂਡ ਤੱਕ ਦੇਖੋ ਠੀਕ ਹੈ ਸਕਿੱਪ ਨਹੀਂ ਕਰਨਾ ਫਿਰ ਤੁਹਾਨੂੰ ਸਮਝ ਨਹੀਂ ਲੱਗਦੀ ਹੁਣ ਅਗੇ ਨੈਕਸਟ ਕੁਐਸਚਨ ਹੈਗਾ ਜਦੋਂ ਜਦੋਂ ਕਿਸੇ ਬੁਰੇ ਵਿਹਾਰ ਕਾਰਨ ਉਸ ਉੱਪਰ ਬੁਖਸਾ ਆਂਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਉਸ ਨਾਲ ਲੜਨਾ ਚਾਹੀਦਾ ਨਾ ਉਹਨਾਂ ਬੋਲਣਾ ਬੰਦ ਕਰਨਾ ਉਸ ਦੇ ਬੁਰੇ ਵਿਹਾਰ ਕਾਰਨ ਜਾਣਨ ਦੀ ਕੋਸ਼ਿਸ਼ ਕਰਨਾ ਨਿਮਰਤਾ ਸਹਿਤ ਕੋਸ਼ਿਸ਼ ਕਰਨਾ ਉਸਨੂੰ ਡਾਟਣਾ ਅਭਵਰ ਜਾਣਨ ਦੀ ਕੋਸ਼ਿਸ਼ ਕਰਨਾ ਹੈ ਤੇ ਉਸ ਨੂੰ ਸੁਧਾਰਨਾ ਹੈ ਸਾਨੂੰ ਕਿਤੇ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ ਯੋਗਤਾ ਲਗਨ ਕਾਬਲੀਅਤ ਉਪਰੋਕਤ ਸਾਰੇ ਉਪਰੋਕਤ ਸਾਰੇ ਸੱਚੀ ਕੀਰਤ ਵਿੱਚ ਕਿਹੜਾ ਗੁਣ ਸ਼ਾਮਿਲ ਹੁੰਦਾ ਹੈ ਤਾਂ ਸੱਚੀ ਕੀਰਤ ਵਿੱਚ ਕਿਹੜਾ ਗੁਣ ਸ਼ਾਮਿਲ ਹੁੰਦਾ ਹੈ ਬੇਈਮਾਨੀ ਦਾ ਚੋਰੀ ਦਾ ਠੱਗੀ ਦਾ ਜਾਂ ਇਮਾਨਦਾਰੀ ਜਾਂ ਲਗਨ ਦਾ ਠੀਕ ਹੈ ਕਿ ਕੂੜਾ ਸੁੱਟਣ ਲਈ ਸਹੀ ਸਥਾਨ ਕਿਹੜਾ ਹੈ ਤਾਂ ਕੂੜਾ ਸੁੱਟਣ ਲਈ ਸਹੀ ਸਥਾਨ ਕਿਹੜਾ ਹੁੰਦਾ ਹੈ ਕੂੜੇਦਾਨ ਤਰਕ ਸੰਗਤ ਸੋਚ ਕੀ ਹੈ ਪਾਬੂਖੋਗੇ ਸੋਚਣਾ ਦਿਲ ਨਾਲ ਸੋਚਣਾ ਸਹੀ ਗਲਤ ਜਾਂ ਦਿਲ ਦੀ ਥਾਂ ਤੇ ਦਿਮਾਗ ਨਾਲ ਸੋਚਣਾ ਤਾਂ ਦਿਲ ਨਾਲ ਸੋਚਣਾ ਅੱਗੇ ਨੈਕਸਟ ਦੇਖਦੇ ਆ ਰਾਸ਼ਟਰ ਨਿਰਮਾਣ ਵਿੱਚ ਕਿਸ ਤਰ੍ਹਾਂ ਦੇ ਲੋਕ ਸਹਾਇ ਹੁੰਦੇ ਹਨ ਤਾਂ ਰਾਸ਼ਟਰ ਨਿਰਮਾਣ ਵਿੱਚ ਸੱਚੇ ਅਤੇ ਇਮਾਨਦਾਰ ਲੋਕ ਸਹਾਇ ਹੁੰਦੇ ਆ ਅੱਗੇ ਸਾਡੇ ਵਿੱਚ ਡੈਸ਼ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ ਈਰਖਾ ਲਾਲਸਣ ਸਹਿਣ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ ਜ਼ਿੰਦਗੀ ਵਿੱਚ ਡੈਸ਼ ਹੋਣ ਲਈ ਕਿਰਤ ਦਾ ਸਤਕਾਰ ਜ਼ਰੂਰੀ ਹੈ ਅਸਫਲ ਸਫਲ ਬਰਬਾਦ ਜਾਂ ਫਿਰ ਤਾਂ ਸਾਨੂੰ ਕਿਹੜਾ ਜ਼ਿੰਦਗੀ ਵਿੱਚ ਸਫਲ ਹੋਣ ਦੀ ਕਿਰਤ ਦਾ ਸਤਕਾਰ ਜ਼ਰੂਰੀ ਹੈ ਅੱਗੇ ਬੱਚੇ ਸਹੀ ਗਲਤ ਆ ਜਾਂਦੇ ਨੇ ਹੁਣ ਸਹੀ ਗਲਤ ਦੇਖਦੇ ਆਪਾਂ ਸਹੀ ਗਲਤ ਹੈ ਕਿ ਵਿਦਿਆਰਥੀਆਂ ਨੂੰ ਇਨਸਾਨੀਅਤ ਪ੍ਰਤੀ ਆਪਣੇ ਫਰਜ਼ ਪੂਰੇ ਨਹੀਂ ਕਰਨੇ ਚਾਹੀਦੇ ਤਾਂ ਇਸ ਦਾ ਅਨਸਰ ਹੈ ਗਲਤ ਘਰ ਦੇ ਘਰ ਵਿੱਚ ਵੀ ਨੀਮਾ ਦੀ ਲੋੜ ਹੁੰਦੀ ਹੈ ਸਹੀ ਸਚਾਈ ਅਤੇ ਇਮਾਨਦਾਰੀ ਸਾਡੇ ਚਰਿੱਤਰ ਦੀ ਰੀੜ ਦੀ ਹੱਡੀ ਹੈ ਸਹੀ ਠੀਕ ਹੈ ਅਗੇ ਭਾਗ ਐਡਾ ਆ ਜਾਂਦਾ ਹੈ ਹੁਣ ਇੱਥੇ ਪ੍ਰੇਸ਼ਨ ਉੱਤਰ ਆ ਜਾਂਦੇ ਆ ਪ੍ਰੇਸ਼ਨ ਉੱਤਰ ਭਾਗ ਐਡੇ ਬਹੁਤ ਜ਼ਰੂਰੀ ਨੇ ਸਾਰੇ ਤੁਸੀਂ ਐਂਡ ਤੱਕ ਦੇਖਣੇ ਨੇ ਫਰਸਟ ਹੈਗਾ ਭੋਜਨ ਅਤੇ ਪਾਣੀ ਸਾਡੇ ਲਈ ਕਿਉਂ ਜ਼ਰੂਰੀ ਹੈ ਭੋਜਨ ਅਤੇ ਪਾਣੀ ਸਾਡੇ ਸਰੀਰ ਲਈ ਜ਼ਰੂਰੀ ਹੈ ਜਿਸ ਨਾਲ ਸਾਨੂੰ ਊਰਜਾ ਪ੍ਰਾਪਤ ਹੁੰਦੀ ਹੈ ਅਤੇ ਅਸੀਂ ਕੰਮ ਕਰਨ ਦੇ ਸਹਾਇਕ ਹੁੰਦੇ ਆ ਆਪਣੇ ਗੁੱਸੇ ਨੂੰ ਕਾਬੂ ਕਰਨ ਲਈ ਕੀ ਕੀ ਯਤਨ ਕਰਨੇ ਚਾਹੀਦੇ ਹਨ ਤੈਨੂੰ ਆ ਪਹਿਲੇ ਸਭ ਤੋਂ ਪਹਿਲਾਂ ਆਪਣਾ ਗੁੱਸਾ ਜਿਹੜਾ ਆਪਾਂ ਕੀਤਾ ਇਹ ਸੋਚਣਾ ਚਾਹੀਦਾ ਹੈ ਕਿ ਸਾਨੂੰ ਜਿਹੜਾ ਗੁੱਸਾ ਹੈ ਉਹ ਕਿਉਂ ਆਇਆ ਹੈ ਜਿਹੜਾ ਤੁਹਾਡਾ ਉੱਪਰ ਜਿਹੜਾ ਕੁਐਸਚਨ ਆਪਾਂ ਕਰਕੇ ਆਏ ਆ ਉਹੀ ਆਨਸਰ ਤੁਸੀਂ ਲਿਖਣਾ ਹੈ ਇਹ ਤੁਸੀਂ ਦੇਖ ਸਕਦੇ ਹੋ ਉੱਪਰ ਜਿਹੜਾ ਹੈਗਾ ਹੈ ਤਾਂ ਤੁਸੀਂ ਇਹ ਦੇਖ ਸਕਦੇ ਹੋ ਪੂਰਾ ਵਿਵਹਾਰ ਕਾਰਨ ਜਾਣਨ ਦੀ ਕੋਸ਼ਿਸ਼ ਨਿਮਰਤਾ ਸਹਿਤ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨੈਕਸਟ ਕੁਐਸਚਨ ਦੇਖਦੇ ਆਪਾਂ ਤੁਸੀਂ ਆਪਣੇ ਮਾਤਾ ਜੀ ਦੀ ਘਰ ਦੇ ਕੰਮ ਵਿੱਚ ਕਿਸ ਤਰ੍ਹਾਂ ਮਦਦ ਕਰਦੇ ਹੋ ਕਿ ਉਹਨਾਂ ਦੇ ਹਰ ਇੱਕ ਜਿਹੜਾ ਕਿ ਕੰਮ ਉਹਨਾਂ ਦੇ ਕਹਾ ਲੱਗਦੇ ਉਹ ਉਹਨਾਂ ਦਾ ਕੰਮ ਕਰਵਾਂਦੇ ਹੋ ਅੱਗੇ ਨੈਕਸਟ ਹੈਗਾ ਆਪਣੇ ਪਸੰਦੀਦਾ ਕੀਤਾ ਲਿਖੋ ਤੇ ਪਸੰਦੀ ਪਸੰਦੀਦਾ ਕਾਰਨ ਵੀ ਲਿਖੋ ਆਪਣਾ ਪਸੰਦੀਦਾ ਕੀ ਲਿਖਣਾ ਹੈ ਤੇ ਉਸ ਦਾ ਕਾਰਨ ਵੀ ਦੱਸਣਾ ਕੁਦਰਤੀ ਵਾਤਾਵਰਣ ਦੀ ਸੰਭਾਲ ਲਈ ਤੁਸੀਂ ਕੀ ਕੀ ਕਰੋਗੇ ਪੇੜ ਪੌਦੇ ਲਗਾਉਂਗੇ ਜਿਹੜੇ ਵੀ ਤੁਸੀਂ ਬਰਬਾਦ ਜਾਣੀ ਹੈ ਚੀਜ਼ ਉਸ ਨੂੰ ਵੇਸਟ ਨਹੀਂ ਜਾਣ ਦੋਗੇ ਅਪ ਸਕੂਲ ਦੇ ਅੱਧੀ ਛੁੱਟੀ ਸਮੇਂ ਮਿੱਡੇ ਮੀਲ ਲੈਣ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਸਾਨੂੰ ਇਹ ਧਿਆਨ ਦੇ ਜਿਹੜਾ ਵੀ ਵੇਸਟ ਹੈ ਉਹ ਜਾਣਾ ਨਹੀਂ ਚਾਹੀਦਾ ਅਤੇ ਇਹਦਾ ਦਾ ਜਿਹੜਾ ਕਿ ਖਾਣਾ ਖਾਣ ਨਾਲ ਟਾਈਮ ਸੀ ਉਹਨਾਂ ਨੂੰ ਖਾਣਾ ਚਾਹੀਦਾ ਹੈ ਅਤੇ ਕੋਈ ਵੀ ਵੇਸਟ ਨਹੀਂ ਜਾਣਾ ਚਾਹੀਦਾ ਸਾਫ਼ ਸੁਥਰੀ ਜਗ੍ਹਾ ਤੇ ਤੇ ਜਿਹੜਾ ਵੀ ਖਾਣਾ ਹੈ ਉਹ ਸਾਫ਼ ਹੋਣਾ ਚਾਹੀਦਾ ਠੀਕ ਹੈ ਨੈਕਸਟ ਹੈਗਾ ਭਾਗ ਈ ੜੀ ਤੇ ਨੈਕਸਟ ਹੈਗੇ ਆਪਣੇ ਬਜ਼ੁਰਗਾਂ ਤੋਂ ਸੁਣੀ ਹੋਈ ਇੱਕ ਕਹਾਣੀ ਲਿਖਣੀ ਹੈ ਤੁਸੀਂ ਨੈਕਸਟ ਹੈਗਾ ਹੈ ਇਮਾਨਦਾਰ ਅਤੇ ਸੱਚੇ ਬਣਨ ਲਈ ਤੁਸੀਂ ਕੀ ਕਰੋਗੇ ਉਹਨਾਂ ਦੇ ਚਾਰ ਕੰਮਾਂ ਦੀ ਸੂਚੀ ਬਣਾਣੀ ਹੈਗੀ ਸਕੂਲ ਤੋਂ ਘਰ ਜਾਂਦੇ ਸੜਕ 'ਉਹ ਐਕਸੀਡੈਂਟ ਨੂੰ ਦੇਖ ਕੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਪਤਾ ਹੈ ਜਿਹੜਾ ਵੀ ਫੱਟੜ ਆਦਮੀ ਹੋਏਗਾ ਜਾਂ ਕੋਈ ਵੀ ਇਨਸਾਨ ਹੋਏਗਾ ਉਸ ਨੂੰ ਜਲਦ ਤੋਂ ਜਲਦ ਪਹਿਲਾ ਫਰਸਟ ایڈ ਦੇਣੀ ਹੈ ਫਰਸਟ ਏਡ ਦਾ ਮਤਲਬ ਹੁੰਦਾ ਹੈ ਮੁੱਢਲੀ ਸਹਾਇਤਾ ਦੇਣੀ ਹੈ ਜਿੱਥੇ ਵੀ ਉਹਨਾਂ ਦਾ ਖੂਨ ਵਗ ਰਿਹਾ ਹੈ ਪਹਿਲਾ ਉਸ ਨੂੰ ਬੰਦ ਕਰਨਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਣਾ ਹੈ ਤੈਨੂੰ ਦੇ। ਤੇ ਨੈਕਸਟ ਕੁਐਸਚਨ ਹੈਗਾ ਨਿਮਲਿਕਾ ਤੇੜਾ ਪੈਰਾ ਪੜਨਾ ਹੈ ਪੈਰਾ ਪੜ ਕੇ ਨਾ ਤੁਸੀਂ ਅਨਸਰ ਦੇਣੇ ਆ। ਤੁਸੀਂ ਪੈਰਾ ਪੜਨਾ ਹੈ ਠੀਕ ਹੈ ਪੈਰਾ ਪੜ ਕੇ ਅਨਸਰ ਦੇਣਾ ਇੱਕ ਰਾਤ ਇੱਕ ਆਦਮੀ ਸਾਡੇ ਘਰ ਆਇਆ ਤੇ ਉਸਨੇ ਮੈਨੂੰ ਕਿਹਾ ਇੱਥੇ ਇੱਕ ਪਰਿਵਾਰ ਹੈ ਜਿੱਥੇ ਅਜੀਜ਼ ਦੇ 8 ਬੱਚੇ ਹਨ ਉਹਨਾਂ ਨੇ ਇਹਨਾਂ ਨੂੰ ਕਈ ਦਿਨਾਂ ਤੋਂ ਕੁਝ ਨਹੀਂ ਖਾਦਾ ਤੇ ਮੈਂ ਕੁਝ ਪੋਜਨ ਲਿਆ ਬਾਹਰ ਚਲਾ ਗਿਆ ਜਦੋਂ ਮੈਂ ਆਖਰਕਾਰ ਪਰਿਵਾਰ ਕੋਲ ਆਇਆ ਤਾਂ ਮੈਂ ਉਹਨਾਂ ਦੇ ਛੋਟੇ ਬੱਚਿਆਂ ਦੇ ਚਿਹਰੇ ਭੁੱਖ ਨਾਲ ਭਰੇ ਹੋਏ ਵੇਖਿਆ ਤੇ ਉਹਨਾਂ ਦੇ ਚਿਹਰਿਆਂ ਤੇ ਕੋਈ ਉਦਾਸੀ ਨਹੀਂ ਸੀ। ਸਿਰ ਪੁਰਖ ਦਾ ਡੂੰਗਾ ਸਰਸਤੀ ਦੇ ਮੈਂ ਮਾਂ ਚੋਲ ਦਿੱਤੇ ਆ ਤੇ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਤੇ ਅੱਧੇ ਚਾਵਲ ਆਪਣੇ ਨਾਲ ਲੈ ਕੇ ਬਾਹਰ ਚਲੇ ਗਏ ਜਦੋਂ ਵਾਪਸ ਆਏ ਤਾਂ ਮੈਂ ਪੁੱਛਿਆ ਕਿ ਤੁਸੀਂ ਕਿੱਥੇ ਗਏ ਤੇ ਉਹਨਾਂ ਨੇ ਸਧਾਰਨ ਦਾ ਜਵਾਬ ਦਿੱਤਾ ਮੈਨੂੰ ਗਵਾਂਡਿਆਂ ਨੂੰ ਚੋਲ ਦੇਣ ਗਈ ਸੀ ਉਹ ਵੀ ਭੁੱਖੇ ਸਨ ਮੈਨੂੰ ਹੈਰਾਨੀ ਹੋਈ ਕਿਉਂਕਿ ਗਰੀਬ ਲੋਕ ਉਦਾਸ ਹਨ ਪਰ ਹੈਰਾਨ ਸੀ ਕਿ ਉਹ ਜਾਣਦੀ ਸੀ ਕਿ ਉਹ ਵੀ ਭੁੱਖੇ ਹਨ ਠੀਕ ਹੈ ਹੁਣ ਦੇਖਦੇ ਆਪਾਂ ਇਸ ਦਾ ਆਨਸਰ ਤੇ ਅੱਗੇ ਬੱਚਿਆਂ ਦੇ ਚਿਹਰੇ ਤੇ ਕੀ ਚਲਕਦਾ ਸੀ ਤਾਂ ਬੱਚਿਆਂ ਦੇ ਚਿਹਰੇ ਤੇ ਕੀ ਚਲਕਦਾ ਸੀਗਾ ਤਾਂ ਤੁਸੀਂ ਇਹ ਦੱਸਣਾ ਇਹ ਮਾਂ ਦੀ ਕਿਰਿਆ ਦਰਸਾਉਂਦੀ ਹੈ ਤਾਂ ਮਾਂ ਦੀ ਕਿਰਿਆ ਕੀ ਦਰਸਾਉਂਦੀ ਹੈ ਦੱਸਣਾ ਹੈ ਠੀਕ ਹੈ ਉਦਾਸੀ ਜੀ ਸੀਗੀ ਉਹਨਾਂ ਦੇ ਚਿਹਰੇ ਤੇ ਠੀਕ ਹੈ ਉਹ ਪੌਰ ਕੋਤ ਪਾ ਰਹੇ ਤੇ ਮਾਂ ਜੜੀ ਕੀ ਮਾਂ ਦੀ ਕਿਰਿਆ ਕੀ ਦਰਸਾਉਂਦੀ ਸੀਗੀ ਤੇ ਇੱਥੇ ਤੁਸੀਂ ਦੇਖ ਕੇ ਦੱਸ ਦੇਣਾ ਕਿ ਮਾਂ ਦੀ ਕਿਰਿਆ ਕੀ ਦਰਸਾਉਂਦੀ ਸੀ ਸਵਾਰਥ ਖੁਸ਼ੀ ਜਾਂ ਲਾਲਚ ਜਾਂ ਨਫ਼ਰਤ ਠੀਕ ਹੈ ਅੱਗੇ ਹੈਗਾ ਨੈਕਸਟ ਮਾਂ ਹਮੇਸ਼ਾ ਦੂਜਿਆਂ ਦਾ ਖਿਆਲ ਰੱਖਦੀ ਹੈ ਸਹੀ ਮਾਂ ਤੇ ਬਾਪ ਸਾਨੂੰ ਆਪਣੇ ਗਾਣਨਾ ਵਿਚਾਰ ਦਾ ਨਹੀਂ ਸਿਖਾਉਂਦੇ ਨਹੀਂ ਗਲਤ ਤੇ ਨੈਕਸਟ ਤੇ ਤੁਹਾਡਾ ਪੇਪਰ ਸੀਗਾ ਸਵਾਗਤ ਜਿੰਦਗੀ ਦਾ ਬੱਚੋ ਮੋਸਟ ਇੰਪੋਰਟੈਂਟ ਕੁਐਸਚਨਸ ਹੈ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਅਗਰ ਤੁਹਾਡੇ ਲਈ ਇੰਨੀ ਮਿਹਨਤ ਕਰਦੀ ਆ ਤਾਂ ਤੁਸੀਂ ਇੱਕ ਥੈਂਕ ਯੂ ਦਾ ਵਰਡ ਜਿਹੜਾ ਹੁੰਦਾ ਉਹ ਲਿਖਿਆ ਕਰੋ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਠੀਕ ਹੈ ਥੈਂਕ ਯੂ ਫॉर ਵਾਚਿੰਗ